ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਅੱਜ ਚੱਲੇ ਹਾਂ ਅਸੀਂ ਅੰਮ੍ਰਿਤਸਰ ਨੂੰ ਸਾਰੀ ਫੈਮਿਲੀ ਨਾਲ ਅਤੇ ਮੇਰੇ ਨਾਲ ਹੈਗੇ ਮੇਰੇ ਮੋਮ ਪਿੱਛੇ ਮੇਰੀ ਵਾਈਫ ਮੇਰੀ ਸਿਸਟਰ ਮਾਸੀ ਜੀ ਅਸੀਂ ਸਾਰੇ ਅੰਮ੍ਰਿਤਸਰ ਆਉਣ ਦਾ ਵੇ ਮਾਰਨਿੰਗ ਅਸੀਂ ਤਿਆਰ ਹੋਏ ਹਾਂ ਅਸੀਂ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਕਰੋ ਜੀ ਸਾਰੇ ਕਰੇਜ਼ ਹੈ ਲੋਕਾਂ ਨੂੰ ਹੁੱਲੇ ਮਹੱਲੇ 'ਤੇ ਬਾਈਕਸ 'ਤੇ ਜਾਣਾ ਝੰਡੇ ਲੱਗੇ ਹੋਏ ਰਾਹ 'ਚ ਦੇਖੋ ਕਿੰਨੇ ਸੋਹਣੇ ਲੱਗ ਰਹੇ ਕਲਰਫੁੱਲ ਅਤੇ ਮੇਰੇ ਅੱਗੇ ਵੀ ਇੱਕ ਬਾਈਕ ਜਾ ਰਹੀ ਹੈ ਜਿਹਦੇ ਝੰਡੇ ਲੱਗੇ ਹੋਏ ਆ ਖਾਲਸਾ ਪੀਲੇ ਰੰਗ ਦੇ ਮੋਸਟਲੀ ਝੰਡੇ ਦੇਖਾਂਗੇ ਸਾਨੂੰ ਸਵਾਦ ਹੀ ਆਉਂਦਾ ਯਾਰ ਬਾਈਕ 'ਤੇ ਜਾਂਦੇ ਹੋਏ ਜਿਹੜਾ ਸਵਾਦ ਹੈ ਨਾ ਇਹਨੂੰ ਆਪਾਂ ਲੋਕਾਂ ਐਕਸਪਲੇਨ ਨਹੀਂ ਕਰ ਸਕਦੇ ਹਾਂ ਜਦੋਂ ਤੁਸੀਂ ਜਾਓਗੇ ਉਦੋਂ ਹੀ ਮਜ਼ਾ ਆਉਣਾ ਇੱਦਾਂ ਬੰਦਾ ਬਾਈਕ 'ਤੇ ਜਾਵੇ ਝੰਡਾ ਲੱਗਿਆ ਹੋਏ ਮਜ਼ਾ ਹੀ ਅਲੱਗ ਹੈ ਮਜ਼ਾ ਹੀ ਅਲੱਗ ਹੈ ਵਾਰ ਦੇਖ ਲਓ ਸ਼ਹਿਰ ਦੇ ਅੰਦਰ ਐਂਟਰੀ ਕਿੰਨਾ ਸੋਹਣਾ ਇਹਨਾਂ ਨੇ ਬਣਾਇਆ ਕਿੰਨਾ ਸੋਹਣਾ ਗੋਲਡਨ ਗੇਟ ਕਹਿ ਦਈਦਾ ਦੇਖੋ ਕਿੰਨਾ ਟਾਈਮ ਲੱਗਿਆ ਹੋਣਾ ਬਣਾਉਣ ਜਨ ਨੂੰ ਕਿੰਨਾ ਵਧੀਆ ਤਰੀਕੇ ਨਾਲ ਦੇਖੋ ਐਂਟਰੀ ਕਰ ਲਿਆ ਹੁਣ ਅਸੀਂ ਚਲੋ ਜੀ ਚੱਲਦੇ ਹਾਂ ਦਰਬਾਰ ਸਾਹਿਬ ਜਿਵੇਂ ਕਿ ਤੁਸੀਂ ਹੁਣ ਦੇਖ ਰਹੇ ਹੋ ਆਪਾਂ ਪਹੁੰਚ ਗਏ ਹਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਸ਼ਹਿਰ ਅੱਜ ਆਪਾਂ ਕਰਾਂਗੇ ਦਰਸ਼ਨ ਹੋਲੇ ਮਹੱਲੇ ਵਾਲੇ ਦਿਨ ਕਿੰਨੀ ਸੰਗਤ ਹੈ ਕਿੰਨੀ ਗੁਰੂ ਦੀ ਸੰਗਤ ਆਈ ਹੋਈ ਹੈ ਆਪਾਂ ਨੂੰ ਪਹਿਲੇ ਜਾਣਾ ਪੈਣਾ ਜੋੜਾ ਘਰ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਗੁਰੂ ਦੀ ਮਰਿਆਦਾ ਦੇ ਨਾਲ ਆਪਾਂ ਨੂੰ ਪਹਿਲੇ ਸਭ ਨੂੰ ਸ਼ੂਜ਼ ਲਾੜੇ ਬਣੇ ਜਿਵੇਂ ਕਿ ਤੁਸੀਂ ਸਾਰੇ ਦੇਖ ਰਹੇ ਹੋ ਆਪਾਂ ਆ ਚੁੱਕੇ ਹਾਂ ਧੰਨ ਧੰਨ ਬਾਬਾ ਦੀਪ ਸਿੰਘ ਲੰਗਰ ਹੋਲ 'ਚ ਜਿੱਥੇ ਕਿ 24 ਘੰਟੇ ਲੰਗਰ ਵੰਡਿਆ ਜਾਂਦਾ ਸੰਗਤ ਨੂੰ ਬੜੇ ਹੀ ਤਰੀਕੇ ਦੇ ਨਾਲ 24 ਘੰਟੇ ਇੱਥੇ ਲੰਗਰ ਚੱਲਦਾ ਦੇਖੋ ਕਿੱਦਾਂ ਪੰਗਤ 'ਚ ਲੋਕ ਥੱਲੇ ਬਹਿ ਕੇ ਸਭ ਧਰਮਾਂ ਦੇ ਬਹਿ ਕੇ ਖਾਂਦੇ ਨੇ ਇੱਕੋ ਜਗ੍ਹਾ ਕਿੰਨੀ ਸੰਗਤ ਬੈਠੀ ਹੈ ਜਿਵੇਂ ਲੰਗਰ ਦੀ ਸੇਵਾ ਕਰ ਰਹੇ ਨੇ ਮੁੰਡੇ ਕਿੰਨੀ ਸੋਹਣੀਆਂ ਪੱਗਾਂ ਬੰਨੀਆਂ ਇਹਨਾਂ ਨੇ ਕਿੰਨਾ ਵੱਡਾ ਹੋਲ ਹੈ ਇੱਕ ਟਾਈਮ 'ਚ ਕਿੰਨਾ ਲੰਗਰ ਪੱਕਦਾ ਹੋਣਾ ਇੱਥੇ ਲੰਗਰ 'ਚ ਬਹਿ ਗਏ ਨੇ ਮੰਮਾ ਮਾਸੀ ਮੇਰੇ ਸਿਸਟਰ ਅਤੇ ਮੇਰਾ ਲੰਗਰ ਵੀ ਲੱਗ ਗਿਆ ਹੁਣ ਆਪਾਂ ਬਹਿ ਕੇ ਖਾਵਾਂਗੇ ਪ੍ਰਸ਼ਾਦਾ ਆਉਣ ਵਾਲਾ ਸਹੀ ਪਾਰਕਿੰਗ ਕਰਤੀ ਹੈ ਤੁਸੀਂ ਗੱਡੀ ਪੂਰੀ ਦੀਵਾਰ ਮੇਰੇ ਖਿਆਲ ਨਾਲ ਮੇਰੀ ਗੱਡੀ ਬਚ ਗਈ ਹੈ ਪਾਰਕਿੰਗ 'ਚ ਲਾਤੀ ਹੈ ਧੰਨ ਦਾ ਦੀਪ ਸਿੰਘ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਾਰਕਿੰਗ 'ਚ ਪ੍ਰੀਤ ਲੌਕ ਕਰਦੇ ਇਹਨੂੰ ਗੱਡੀ ਬੰਦ ਕਰਦੇ ਹੁਣ ਆਪਾਂ ਘੁੰਮਦੇ ਹਾਂ ਅੰਮ੍ਰਿਤਸਰ ਸ਼ਹਿਰ ਚਲੋ ਆਪਾਂ ਚੱਲਦੇ ਹਾਂ ਅੱਜ ਸਿਸਟਰ ਦਾ ਮਿਸ ਰੰਧਾਵਾ ਮਿਸਿਸ ਰੰਧਾਵਾ ਦਾ ਅੱਜ ਆਇਲਸ ਦਾ ਪੇਪਰ ਹੈ ਅਤੇ ਤੁਹਾਡੀ ਤਿਆਰੀ ਹੈ ਅੱਜ ਪੂਰੀ ਓਕੇ ਕਿੰਨੀ ਪਾਰਕਿੰਗ 'ਚ ਗੱਡੀ ਖੜੀਆਂ ਗੱਡੀ ਲੋਕ ਕਰਤੀ ਸੀ ਇੱਕ ਵਾਰ ਚੈੱਕ ਕਰ ਲਈਏ ਆਪਾਂ ਹਾਂ ਲਾਈਟ ਜਗ ਗਈ ਹੈ ਲੋਕ ਹੋ ਗਈ ਹੈ ਓਕੇ ਯਾਰ ਕਿੰਨਾ ਹੈ ਪ੍ਰੀਤ ਮੇਰੀ ਇੱਕੋ ਇੱਕ ਵਾਈਫ ਹੈ ਗੱਡੀ ਆ ਰਹੀ ਹੈ ਇੱਧਰ ਆ ਜਾ ਸਾਈਡ ਦੇ ਥੱਲੇ ਨਾ ਜੀ ਇੱਕੋ ਇੱਕ ਵਾਈਫ ਹੈ ਉਹ ਕਿਆ ਬਾਤ ਹੈ ਟੁੱਕ ਟੁੱਕ ਰਿਕਸ਼ਾ ਟੁੱਕ ਟੁੱਕ ਰਿਕਸ਼ੇ 'ਤੇ ਬਹਿਣ ਲੱਗਿਆ ਹੁਣ ਅਸੀਂ ਦਰਬਾਰ ਸਾਹਿਬ ਨੂੰ ਜਾ ਰਹੇ ਹਾਂ ਮੈਂ ਭਾਅ ਜੀ ਨੇ ਨਾਲ ਅੱਗੇ ਬੰਨਾ ਬਹੁਤ ਮਜ਼ਾ ਆਏਗਾ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਹੁਣ ਚੱਲਣ ਦੇ ਹਾਂ ਦਰਬਾਰ ਸਾਹਿਬ ਚਲੋ ਜੀ ਵਾਹਿਗੁਰੂ ਤੁਸੀਂ ਸਾਰੇ ਓਕੇ ਹੋ ਪਿੱਛੇ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਸਾਡੇ ਨਾਲ ਹੈ ਆਪਾਂ ਚੱਲੇ ਹਾਂ ਦਰਬਾਰ ਸਾਹਿਬ ਜੀ ਨੂੰ ਇਹ ਚਲਾ ਰਹੇ ਨੇ ਹੋਰ ਭਾਅ ਜੀ ਦੱਸੋ ਕੁਛ ਦਰਬਾਰ ਸਾਹਿਬ ਨੂੰ ਆਪਾਂ ਜਾਂਦੇ ਜਾਂਦੇ ਨਾਲ ਇਤਿਹਾਸ ਦੇ ਬਾਰੇ ਕੁਛ ਨਗਰ ਦੇ ਬਾਰੇ ਤੁਹਾਨੂੰ ਪਤਾ ਹੋਣਾ ਤੁਸੀਂ ਲੋਕਲ ਹੋ ਹਾਂਜੀ ਕੀ ਕੁਛ ਹੈ ਇੱਥੇ ਵੇਖਣ ਵਾਲਾ ਵੈਸਟਰਨ ਰਾਮਸਰ ਰੋਡ ਭਾਈ ਸਰੋ ਜੀ ਦਾ ਅੱਛਾ ਜੀ ਕਿੰਨਾ ਟ੍ਰੈਫਿਕ ਹੈ ਦੇਖੋ ਕਿੰਨੇ ਭੀੜੇ ਬਾਜ਼ਾਰ ਨੇ ਇਹ ਪੰਜਵੇਂ ਪਾਤਸ਼ਾਹ ਦਾ ਗੁਰਦੁਆਰਾ ਜੀ ਆਪਾਂ ਆ ਗਏ ਹਾਂ ਬਾਬਾ ਦੀਪ ਸਿੰਘ ਗੁਰਦੁਆਰੇ ਤੋਂ ਦਰਬਾਰ ਸਾਹਿਬ ਦੀ ਬੈਕ ਐਂਟਰੀ ਕਿੰਨਾ ਸੋਹਣਾ ਵਿਊ ਹੈ ਕਬੂਤਰ ਹਰਿਆਲੀ ਹਰਿਆਲੀ ਸਾਰੀ ਜਗ੍ਹਾ ਇਹ ਬੈਕ ਸਾਈਡ ਤੋਂ ਆਪਾਂ ਐਂਟਰ ਕਰ ਰਹੇ ਹਾਂ ਦਰਬਾਰ ਸਾਹਿਬ ਦੇ
ਜਿਵੇਂ ਕਿ ਤੁਸੀਂ ਵੇਖ ਰਹੇ ਹੋ ਗੁਰਦੁਆਰਾ ਸਾਹਿਬ ਇੱਧਰ ਸ਼੍ਰੀ ਗੁਰੂ ਰਾਮਦਾਸ ਜੀ ਲਾਇਬ੍ਰੇਰੀ ਮਸ਼ਹੂਰ ਜਿਹਦੇ 'ਚ ਇਤਿਹਾਸਿਕ ਪੁਸਤਕਾਂ ਪੜ੍ਹਨ ਵਾਲਿਆਂ ਦਾ ਜਿਨ੍ਹਾਂ ਨੂੰ ਸ਼ੌਂਕ ਹੈ ਇਤਿਹਾਸ ਬਾਰੇ ਅਤੇ ਲਾਇਬ੍ਰੇਰੀ ਮਾਤਾ ਗੰਗਾ ਜੀ ਸਰਾਂ ਜਿੱਥੇ ਕਿ ਔਨਲਾਈਨ ਬੁਕਿੰਗ ਹੁੰਦੀ ਹੈ ਜੇ ਰਾਤੀ ਰੁਕਣਾ ਹੋਏ ਸਪੈਸ਼ਲੀ ਜਿਹੜੇ ਵੀਰ ਬਾਹਰੋਂ ਆਉਂਦੇ ਆ ਜਾਂ ਔਨਲਾਈਨ ਬੁੱਕ ਕਰਾਉਣਾ ਜਾਣਨਾ ਚਾਹੁੰਦੇ ਆ ਬਾਕੀ ਸਭ ਤੋਂ ਫੇਮਸ ਤੁਹਾਨੂੰ ਦਿਖਾਉਣਾ ਚਾਹੁੰਦਾ ਪੂਰੇ ਇੰਡੀਆ 'ਚ ਇੱਕੋ ਹੀ ਜਗ੍ਹਾ ਜਿੱਥੇ ਕਿ ਡਾਇਰੈਕਟ ਫੈਕਟਰੀ ਤੋਂ ਕੋਲਡ ਡਰਿੰਕ ਆ ਕੇ ਲੱਖਾਂ ਦੀ ਤਾਦਾਦ 'ਚ 5 ਰੁਪਏ ਦੀ ਬੋਟਲ ਮਿਲਦੀ ਹੈ ਦੇਖੋ ਕਿੱਦਾਂ ਭੀੜ ਲੱਗੀ ਹੈ ਸਿਰਫ 5 ਰੁਪਏ 'ਚ ਕੋਲਡ ਡਰਿੰਕਸ ਡਾਲਿਆ ਅਤੇ ਡਾਲੇ ਖੁੱਲ੍ਹ ਆ ਗਏ ਨਾ ਮੇਨ ਚੌਂਕ ਦਰਬਾਰ ਸਾਹਿਬ ਦੇ ਐਂਟਰੈਂਸ 'ਤੇ ਅਤੇ ਅਸੀਂ ਹੁਣ ਪਲਾਨ ਕਰ ਰਹੇ ਹਾਂ ਜਲਿਆਂਵਾਲਾ ਬਾਗ ਜਿਵੇਂ ਕਿ ਤੁਸੀਂ ਜਾਣਦੇ ਹੋ ਜਲਿਆਂਵਾਲਾ ਬਾਗ ਐਂਟਰ ਕਰ ਰਹੇ ਹਾਂ ਪੁਰਾਣਾ ਉਹੀ ਸਭ ਜਲਿਆਂ ਵਾਲੇ ਬਾਗ ਦੇ ਅੰਦਰ ਇੱਕ ਮਿਊਜ਼ੀਅਮ ਟਾਈਪ ਬਣਿਆ ਉਹੀ ਟਾਈਮ ਜਿੱਥੇ ਜੋ ਫਾਈਟ ਹੋਈ ਸੀ ਪੂਰਾ ਦ੍ਰਿਸ਼ ਦਿਖਾਇਆ ਜਾ ਰਿਹਾ ਉਹੀ ਜੋ ਵੀਡੀਓ ਮਾਈਜੇਸ਼ਨ ਕਰਨ ਕੀਤਾ ਜਾ ਰਿਹਾ ਕਿੰਨਾ ਵਧੀਆ ਸਕਰੀਨ 'ਤੇ ਦਿਖਾਇਆ ਜਾ ਰਿਹਾ ਕਿੰਨਾ ਅੱਛਾ ਬਣਾਇਆ ਹੋਇਆ ਅੰਦਰ ਮਿਊਜ਼ੀਅਮ ਹੈ ਇੱਕ ਟਾਈਪ ਆਫ ਮਿਊਜ਼ੀਅਮ ਜਲਿਆਂਵਾਲੇ ਬਾਗ ਦੀ ਸਟੋਰੀ ਦੱਸੀ ਜਾ ਰਹੀ ਹੈ ਪੂਰੀ ਸਕਰੀਨ ਦੇ ਉੱਤੇ ਯਾਰ ਕਿੰਨਾ ਮਾੜਾ ਕੰਮ ਹੋਇਆ ਸੀ ਇੰਨੇ ਲੋਕ ਮਰੇ ਸੀ ਯਾਰ ਕਿੰਨਾ ਮਾੜਾ ਇਤਿਹਾਸ ਹੈ ਬਹੁਤ ਮਾੜਾ ਕੰਮ ਹੋਇਆ ਯਾਰ ਸਾਰਾ ਵਿਊ ਹੈ ਜਲਿਆਂਵਾਲੇ ਬਾਗ ਦਾ 1919 ਦਿਨ 13 ਅਪ੍ਰੈਲ ਜਰਨਲ ਡਾਇਲ ਨੇ ਜਦੋਂ ਬ੍ਰਿਟਿਸ਼ਰ ਸਾਰੇ ਸਿੱਖਾਂ 'ਤੇ ਅੰਦੋਲਨਕਾਰੀਆਂ 'ਤੇ ਫਾਇਰ ਕਰਨ ਦਾ ਹੁਕਮ ਦਿੱਤਾ ਸੀ ਅਤੇ ਇਹੀ ਖੂਹ ਸੀ ਜਿੱਥੇ ਲੱਖੋਂ ਹਜ਼ਾਰ ਲੋਕ ਆਪਣੀ ਜਾਨ ਬਚਾਉਣ ਲਈ ਵਿੱਚੇ ਕੁੱਦ ਗਏ ਸੀ ਇਹੀ ਖੂਹ ਹੈ ਤੁਸੀਂ ਦੇਖ ਪਾ ਰਹੇ ਹੋ ਕੀ ਬੱਚੇ ਆਉਣਾ ਉਹਨਾਂ ਦਾ ਜਿਹੜੇ ਇੱਥੇ ਕੁੱਦੇ ਹੁਣ ਜ਼ਰੂਰ ਹੈ ਇੱਕ ਟੂਰਿਸਟ ਪਲੇਸ ਬਣ ਗਿਆ ਬਟ ਉਦੋਂ ਉਸ ਟਾਈਮ ਦੀ ਗੱਲ ਕਰਾਂ ਤਾਂ ਲਾਸ਼ਾਂ ਦਾ ਢੇਰ ਸੀ ਜਗ੍ਹਾ ਬਟ ਹੁਣ ਬੜਾ ਵਧੀਆ ਟੂਰਿਸਟ ਪਲੇਸ ਬਣ ਚੁੱਕਿਆ ਜਲਿਆਂਵਾਲਾ ਬਾਗ ਜਿਹਦਾ ਮੇਨ ਸਮਾਰਕ ਉਹ ਬਣਾਉਂਦੇ ਬਣਾਉਂਦੇ ਮੇਰੀ ਫੈਮਲੀ ਕਿੱਥੇ ਆ ਉਹ ਪ੍ਰੀਤ ਅੱਛਾ ਆ ਗਈ ਹੈ ਪ੍ਰੀਤ ਹਾਂ ਹਾਈ ਕੱਢ ਦੇ ਸਭ ਨੂੰ ਮੰਮੀ ਹਾਈ ਕੱਢ ਦਿਓ ਸਭ ਨੂੰ ਕਿ ਆਪਾਂ ਘੁੰਮ ਰਹੇ ਹਾਂ ਇੱਥੇ ਕਿੱਦਾਂ ਦਾ ਮਹਿਸੂਸ ਹੁੰਦਾ ਪ੍ਰੀਤ ਵੈਸੇ ਇੱਥੇ ਆ ਕੇ ਤੈਨੂੰ ਬਹੁਤ ਵਧੀਆ ਪਹੁੰਚ ਚੁੱਕੇ ਹਾਂ ਜੀ ਆਪਾਂ ਦਰਬਾਰ ਸਾਹਿਬ ਬਿਲਕੁਲ ਐਂਟਰੈਂਸ ਗੇਟ 'ਤੇ ਹੁਣ ਆਪਾਂ ਐਂਟਰ ਕਰਨ ਲੱਗੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਲੋ ਜੀ ਆਪਾਂ ਫਾਈਨਲੀ ਹੁਣ ਐਂਟਰੈਂਸ ਕਰ ਗਏ ਹਾਂ ਗੋਲਡਨ ਟੈਂਪਲ ਦਰਬਾਰ ਸਾਹਿਬ ਇੱਕ ਜੰਨਤ ਦੀ ਦੁਨੀਆ ਜਿੱਥੇ ਆ ਕੇ ਬਹੁਤ ਸਕੂਨ ਮਿਲਦਾ ਲਾਈਫ 'ਚ ਜੀ ਕਰਦਾ ਹੈ ਕਿ ਹਮੇਸ਼ਾ ਇੱਥੇ ਹੀ ਰਹਿ ਲਈਏ ਗਏ ਹਾਂ ਸਰੋਵਰ ਸਾਹਿਬ ਜਿੱਥੇ ਕਿ ਬੇਰੀ ਹੈ ਅਤੇ 5 ਸਨਾਨਾਂ ਕੀਤੀਆਂ ਜਾਂਦੀਆਂ ਜਿਵੇਂ ਕਿ ਤੁਸੀਂ ਦੇਖਣ ਦੇ ਲੋਕ ਕਰ ਰਹੇ ਨੇ ਸੰਗਤ ਕਰ ਰਹੀ ਹੈ ਗੁਰੂ ਰਾਮਦਾਸ ਜੀ ਤੱਕ ਅੰਦਰ ਸੰਗਤ ਮੱਥਾ ਟੇਕਣ ਲਈ ਤੁਸੀਂ ਦੇਖ ਸਕਦੇ ਹੋ ਕਿੰਨੀ
डेढ़ तो दो घंटे हो चुके हैं लाइन से खड़े हुए ना, डेढ़ घंटा हो चुका है। हाले मैनू नहीं लगता कितनी देर होर लगनी है, बट बाबे के दर्शन करके जाने हैं। तीन सवा तीन घंटे हो चुके हैं, हूँ थोड़ा लगता है कि सीक्रेट दसन लाया हर गोल्डन टैंपल अंदर आप जो भी आने कॉरीडोर से सू एक चीज मिलेगी ट्रेंगल जो टाइप की, दिस इज ए क्लॉक ऑफ एंशिएंट टाइम। पुराने जमाने से वक्त देखने काम आता है, सूरज की किरणों के अकॉर्डिंग टाइम दसदी है, प्रॉपर एंशिएंट क्लॉक है। जो तुम कॉरीडोर जाओगे मत्था टेकना तुम जरूर दिखेगी, ध्यान में इनू देख लो। लग रहा फाइनली दर्शन होने वाले है, इन्नी कु लाइन आप पिछे छड़ के आ गए, पूरे साढ़े चार घंटे लगे ने, चार तो सवा चार साढ़े चार घंटे लगे ने दर्शन करने गोल्डन टैंपल। वर्ल्ड का सब तो वड्डा टिकट दरबार साहब का अभी बह गए लंगर का। वर्ल्ड का सब तो वड्डा किचन है जिसे एक दिन से एक लाख तो उत्ते आप हम गुरुद्वारा साहब तो जाए सी, तो एकदम ही साढ़े रिलेटिव मिल गए ने। सत श्रीकाल करो जी, सत श्रीकाल करो जी, साढ़े रिलेटिव मिल गए ने। वीर जी नहीं दिल्ली तो आए ने स्पैशली होला महला देख अमृतसर। आ देखो कि रोड क्रॉस करी दी है, सीखो ये तो रोड कि क्रॉस करी दी है। हाई कर दो दर्शन कर रहे ने, हम वापस अपने घर वापस निकल रहे हैं, मत्था टेक लिया हरिमंदर साहब, तो तुम देखा ही होना सारी वीडियो। चलो मिलते हैं अगे फिर। वो शिटमैन असी यदि गड्डी तोड़ती होए, वो शिटमैन यह की करता यार, मजाक कर रहा बेचारे की तो पहले। ओके फिर आप क्लोज करते हैं अज का साडा ब्लॉग, साडा टूर जो अमृतसर का सीगा, सारे ने देखा होना है। थैंक यू गाइज, बाय बाय कर दो सारे, बाय बाय। ओके लाइक करो एंड सब्सक्राइब करो, बाय।